ਸਾਰੀਆਂ ਕੌਮਾਂ ਆਪਣੇ ਹੀਰੋਸ ਨੂੰ ਨਹੀਂ ਭੁੱਲਦੀਆਂ। ਸ਼ਕਬ ਜਾਰੀਏ ਤੇ ਮੈਂ ਆਪਣੇ ਇੱਕ ਹੀਰੋ ਨੂੰ ਪੇਸ਼ ਕਰਨ ਜਾ ਰਿਹਾ। ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨੂੰ ਕੌਮੀ ਟੀਮ 'ਚ ਕਿਉਂ ਕੱਢਿਆ, ਲੈਡੀਏਟਰ 'ਚ ਕਿਉਂ ਕੱਢਿਆ ਗਿਆ ਅਤੇ ਉਹਨੂੰ ਲਾਹੌਰ 'ਚ ਕਿਉਂ ਕੱਢਿਆ ਗਿਆ। ਨਹੀਂ ਸੀ ਜੱਟ ਪੁੱਤਰ ਸੀ, ਇਹ ਨਹੀਂ ਕਿ ਜਿਸ ਤਰ੍ਹਾਂ ਕਈ ਖਿਲਾੜੀ ਦੂਸਰੇ ਮੁਲਕਾਂ ਦੀ ਸ਼ਹਿਰੀਅਤ ਹਾਸਲ ਕਰਕੇ ਲੀਗ ਖੇਡਣਾ ਚਾਹੁੰਦੇ ਨੇ। ਆਪਣੇ ਹੀਰੋ ਕੋ ਖਿਰਾਜ ਤਹਿਸੀਲ ਪੇਸ਼ ਕਰਨੇ ਕੇ ਲੀਏ ਯੇ ਦੋਨੋ ਵੀਡੀਓ। ਜੀ, ਜਿਨ ਲੋਕੋ ਕੋ 2012 ਕਾ ਏਸ਼ੀਆ ਕਪ ਯਾਦ ਹੈ ਔਰ ਉਸਕਾ ਹੀਰੋ ਯਾਦ ਹੈ ਤੋ ਯਕੀਨਨ ਉਨਕੋ ਪਾਕਿਸਤਾਨ ਸੁਪਰ ਲੀਗ ਕਾ ਹੀਰੋ ਵੀ ਯਾਦ ਆ ਗਿਆ। ਏਜ਼ਾਜ਼ ਚੀਮਾ, 4 ਸਾਲ ਬਾਅਦ ਫਿਰ ਆਪ ਹੀਰੋ ਬਣ ਗਏ, ਕਿਆ ਖਾਤੇ ਹੈ, ਕਿਆ ਕਰਤੇ ਹੈ? ਬਸ ਜੀ, ਅੱਲਾ ਕਾ ਸ਼ੁਕਰ ਹੈ। ਆਜ ਜੋ ਮੁਝੇ ਲਾਸਟ ਓਵਰ ਮਿਲਾ ਤੋ ਏਸ਼ੀਆ ਕਪ ਕੀ ਯਾਦ ਤਾਜ਼ਾ ਹੋਈ ਕਿ ਉਸਮੇ ਵੀ ਲਾਸਟ ਓਵਰ ਜਿਸ ਤਰ੍ਹਾਂ ਮਿਲਾ ਥਾ, ਅੱਲਾ ਕਾ ਬੜਾ ਸ਼ੁਕਰ ਅਦਾ ਕਰਤਾ ਹੂੰ ਕਿ ਇਨ ਦਾ ਹੈਂਡ ਹਮ ਵਿਨਰ ਫਿਨਿਸ਼ ਕੀਆ ਹਮਨੇ ਔਰ ਬਹੁਤ ਹੀ ਸਨਸਨੀ ਖੇਜ਼ ਮੈਚ ਥਾ। ਕਰਾਊਡ ਨੇ ਵੀ ਇੰਜੋਏ ਕੀਆ, ਐਜ਼ ਅ ਪਲੇਅਰ ਹਮਨੇ ਵੀ ਇੰਜੋਏ ਕੀਆ ਔਰ ਅੱਲਾ ਕਾ ਸ਼ੁਕਰ ਅੱਛੀ ਪਰਫਾਰਮੈਂਸ ਹੋਈ ਮੇਰੀ। ਪਾਕਿਸਤਾਨ ਕ੍ਰਿਕਟ ਵਿੱਚ ਨਿਜ਼ਾਮ ਨੇ ਤਬਾਹ ਕੀਤੇ, ਜਿਨ੍ਹਾਂ ਨੇ ਕਿ ਰਾਤ ਦੇ ਇਸ ਟਾਈਮ ਅਸੀਂ ਇੰਟਰਵਿਊ ਕਿਉਂ ਕਰ ਰਹੇ ਹਾਂ ਤੇ ਜਨਾਬ ਏਜ਼ਾਜ਼ ਚੀਮਾ ਸਾਹਿਬ ਇਸ ਟਾਈਮ ਅਮਰੀਕਾ 'ਚ ਬੈਠੇ ਹੋਏ ਨੇ, ਪਤਾ ਨਹੀਂ ਕਿਉਂ ਬੈਠੇ ਹੋਏ ਨੇ। ਇਹਨਾਂ ਕੋਲ ਪੁੱਛਣੇ ਆ ਚੀਮਾ ਸਾਹਿਬ, ਅਮਰੀਕਾ ਬੈਠਣ ਦਾ ਕੀ ਵਜ੍ਹਾ ਹੈ? ਕੋਈ ਸਿਆਸੀ ਅਹੁਦਾ ਲੈਣ ਤਾਂ ਨਹੀਂ ਤੁਰ ਗਏ? ਨਹੀਂ ਜੀ, ਸਿਆਸੀ ਅਹੁਦਾ ਤਾਂ ਪਾਕਿਸਤਾਨ ਹੀ 'ਚ ਲੱਭਣਾ ਸੀ, ਲੇਕਿਨ ਬਸ ਅਮਰੀਕਾ ਮੈਂ ਬਸ ਵਿਜ਼ਿਟ ਵਾਸਤੇ ਆਇਆ। ਮੇਰੇ ਇੱਕ ਦੋਸਤ ਨੇ ਮੈਨੂੰ ਇੱਥੇ ਬੁਲਾਇਆ ਅਤੇ ਥੋੜ੍ਹੀ ਕ੍ਰਿਕਟ ਦੀ ਪ੍ਰਮੋਸ਼ਨ ਵਾਸਤੇ ਆਇਆ ਅਤੇ ਮੈਂ ਕਿਹਾ ਠੀਕ ਹੈ, ਪਾਕਿਸਤਾਨੀ ਸੀਜ਼ਨ ਆਫ ਹੈ ਅਤੇ ਥੋੜ੍ਹਾ ਰਿਲੈਕਸ ਹੋਵਾਂ ਵਾ। ਅਤੇ ਏਜ਼ਾਜ਼, ਸਾਡੀ ਟੀਮ ਨੂੰ ਕੀ ਬਣਿਆ? ਅਸੀਂ ਚੈਂਪੀਅਨਸ ਟਰੋਫੀ ਦੇ ਵਿਨਰ ਸਾਂ ਔਰ ਚਲੋ ਕੁਝ ਮੈਚ ਬਾਰਿਸ਼ਾਂ ਦੀ ਨਜ਼ਰ ਹੋ ਗਏ, ਬਾਕੀ 'ਚ ਸਾਡੇ ਨਾਲ ਕੀ ਬਣਿਆ? ਤਾਵੀ ਭਾਈ, ਪਾਕਿਸਤਾਨ ਟੀਮ ਜਿਹੜੀ ਹੈ ਪ੍ਰੈਸ਼ਰਾਈਜ਼ ਹੈ, ਬਹੁਤ ਜ਼ਿਆਦਾ ਇਨਸਿਕਿਓਰ ਪਲੇਅਰਸ ਹੈਗੇ ਨੇ। ਸਾਡਾ ਜਿਹੜਾ ਸਿਸਟਮ ਹੈ, ਇੱਕ ਪਲੇਅਰ ਜਿਹੜਾ ਉਹਦੀ ਸੋਚ, ਮੈਂ ਤਾਂ ਜਦੋਂ ਪਾਕਿਸਤਾਨ ਟੀਮ ਵਿੱਚ ਸਾਂ ਮੈਂ ਇਹ ਦੇਖਦਾ ਸਾਂ, ਹੁਣੇ ਵੀ ਮੈਂ ਇਹੀ ਚੀਜ਼ ਸਮਝਦਾ ਕਿ ਪਲੇਅਰਸ ਆਰ ਵੈਰੀ ਇਨਸਿਕਿਓਰ ਕਿ ਜੇ ਮੈਂ ਟੀਮ ਤੋਂ ਬਾਹਰ ਹੋ ਗਿਆ ਤਾਂ ਮੇਰਾ ਕੀ ਬਣੇਗਾ, ਹਾਓ ਕੈਨ ਆਏ ਮਤਲਬ ਸਰਵਾਈਵ ਇਨ ਦਾ ਸਿਸਟਮ ਔਰ ਮੈਂ ਕਿਸ ਤਰ੍ਹਾਂ ਗੁਜ਼ਾਰਾ ਕਰਾਂਗਾ। ਫਾਈਨੈਂਸ਼ਲੀ ਇਨਸਿਕਿਓਰ ਪਲੇਅਰਸ ਹੈਗੇ ਨੇ, ਇਸ ਵਜ੍ਹਾ ਤੋਂ ਕਿ ਟੀਮ ਤੋਂ ਬਾਹਰ ਹੋ ਗਿਆ। ਏਜ਼ਾਜ਼ ਅਰਬਪਤੀ ਨੇ, ਖਰਬਪਤੀ ਨੇ, ਇਹ ਖਿਲਾੜੀ ਕਿਸ ਤਰ੍ਹਾਂ ਫਾਈਨੈਂਸ਼ਲੀ ਕਮਜ਼ੋਰ ਹੋ ਜਾਣਗੇ? ਨਾ 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 ਨਾ, ਹੁਣੇ ਅਰਬਪਤੀ ਉਹ ਸਭ ਪਲੇਅਰ ਹੈਗੇ ਨੇ, ਲੇਕਿਨ ਜਦੋਂ ਮੈਂ ਸਮਝਦਾ ਕਿ ਡਿਫਰੈਂਸ ਬਿਟਵੀਨ ਫਾਈਨੈਂਸ਼ੀਅਲ ਡਿਫਰੈਂਸ ਜਿਹੜਾ ਨਾ ਇੰਟਰਨੈਸ਼ਨਲ ਕ੍ਰਿਕਟ ਤੇ ਡੋਮੈਸਟਿਕ ਕ੍ਰਿਕਟ ਦਾ, ਉਹ ਬਹੁਤ ਜ਼ਿਆਦਾ ਹੈਗਾ। ਡੋਮੈਸਟਿਕ ਪਲੇਅਰ ਜਿਹੜਾ ਹੈ, ਤੁਹਾਨੂੰ ਪਤਾ ਹੈ ਕਿ ਡੋਮੈਸਟਿਕ ਪਲੇਅਰ ਪੂਰਾ ਸੀਜ਼ਨ ਖੇਲ ਕੇ ਵੀ ਇੰਨੇ ਪੈਸੇ ਨਹੀਂ ਕਮਾਉਂਦਾ ਕਿ ਉਹਦਾ ਇੱਜ਼ਤ ਨਾਲ ਕੋਈ ਤਰੀਕੇ ਨਾਲ ਗੁਜ਼ਾਰਾ ਹੋ ਸਕੇ, ਅਤੇ ਫਿਰ ਇੰਗਲੈਂਡ ਅਤੇ ਅਮੈਰੀਕਾ ਅਤੇ ਬਾਕੀ ਕੰਟਰੀਜ਼ 'ਚ ਜਾ ਕੇ ਸਹਾਰਾ ਲੈਂਦੇ ਨੇ। ਖੈਰ ਐਨੀ ਵੇ ਅਸੀਂ ਸ਼ਾਇਦ ਟਰੈਕ ਤੋਂ ਹਟ ਰਹੇ ਹਾਂ, ਲੇਕਿਨ ਜਿਵੇਂ ਸਾਨੂੰ ਇਹ ਦੱਸੋ ਕਿ ਸਾਨੂੰ ਨਵੀਂ ਬਾਲ ਨਾਲ ਆਊਟ ਕਰਨ ਵਾਲਾ ਬੰਦਾ ਕਦੋਂ ਲੱਭੇਗਾ? ਮੁਹੰਮਦ ਆਮਿਰ ਨੇ ਵੀ ਜਾ ਕੇ ਜਦੋਂ ਇੰਡੀਆ ਨੇ 139 ਕਰ ਲਿਆ ਸੀ ਸ਼ਾਇਦ ਉਦੋਂ ਆਊਟ ਕੀਤਾ ਸੀ। ਵਸੀਮ ਵਕਾਰ, ਸ਼ੇਬ ਅਖਤਰ ਉਤੋਂ 2-3 ਆਊਟ ਕਰਕੇ ਦਿੰਦੇ ਸਨ, ਉਹ ਬੋਲਰ ਕਿੱਥੇ ਗਏ? ਅਭੀ ਭਾਈ, ਨਵੀਂ ਬਾਲ ਨਾਲ ਨਾ ਮੇਰੇ ਖਿਆਲ ਵਿੱਚ ਜਦੋਂ ਸਵਿੰਗ ਹੁੰਦਾ ਬਾਲ, ਸਵਿੰਗ ਬੋਲਰਸ ਆਊਟ ਕਰਦੇ ਨੇ ਨਵੇਂ ਬਾਲ ਨਾਲ, ਠੀਕ ਹੈ। ਬਾਕੀ ਪੁਰਾਣੇ ਬਾਲ ਨਾਲ ਤੇ ਤੁਸੀਂ ਪੇਸ ਨਾਲ ਆਊਟ ਕਰਦੇ ਹੋ, ਰਿਵਰਸ ਸਵਿੰਗ ਵੀ ਹੋ ਸਕਦਾ ਹੈ, ਵਰਾਇਟੀ ਸਲੋ ਡਿਲੀਵਰੀਜ਼ ਵਗੈਰਾ, ਸਲੋ ਬਾਊਂਸਰਸ ਔਰ ਡਿਫਰੈਂਟ ਵਰਾਇਟੀਜ਼ ਨਾਲ ਤੁਸੀਂ ਆਊਟ ਕਰਦੇ ਹੋ, ਲੇਕਿਨ ਨਵਾਂ ਗੇਮ ਜਿਹੜਾ ਉਹ ਸਵਿੰਗ ਹੋਣਾ ਬਹੁਤ ਜ਼ਰੂਰੀ ਹੈ। ਮੁਹੰਮਦ ਆਮਿਰ ਦਾ ਨਵਾਂ ਬਾਲ ਸਵਿੰਗ ਨਹੀਂ ਹੋ ਰਿਹਾ, ਹਸਨ ਅਲੀ ਦਾ ਨਵਾਂ ਬਾਲ ਸਵਿੰਗ ਨਹੀਂ ਹੋ ਰਿਹਾ। ਇਸ ਵੇਲੇ ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਟੀਮ ਵਿੱਚ ਕੋਈ ਸਵਿੰਗ ਬੋਲਰ ਹੈ, ਹਾਲਾਂਕਿ ਆਮਿਰ ਜਦੋਂ ਉਹਨੇ ਆਪਣੇ ਕੈਰੀਅਰ ਦਾ ਆਗਾਜ਼ ਕੀਤਾ ਸੀ ਬਹੁਤ ਅੱਛੀ ਸਵਿੰਗ ਬਾਲ ਕਰਦਾ ਸੀ। ਤੁਸੀਂ ਦੇਖ ਲਓ ਚੈਂਪੀਅਨਸ ਟਰੋਫੀ ਦੇ ਫਾਈਨਲ ਵਿੱਚ 2017 ਵਿੱਚ ਜਦੋਂ ਆਮਿਰ ਦਾ ਬਾਲ ਸਵਿੰਗ ਹੋਇਆ ਅਤੇ ਵਿਰਾਟ ਕੋਹਲੀ, ਧਵਨ ਅਤੇ ਰੋਹਿਤ ਸ਼ਰਮਾ ਜੈਸੇ ਬੈਟਸਮੈਨ ਉਹਨੇ ਆਰਾਮ ਨਾਲ ਆਊਟ ਕਰ ਲਏ ਸਨ। ਨਵੇਂ ਬਾਲ ਨਾਲ ਸਵਿੰਗ ਕਰਨਾ ਬਹੁਤ ਜ਼ਰੂਰੀ ਹੈ, ਜੋ ਕਿ ਆਮਿਰ ਦਾ ਵੀ ਨਹੀਂ ਹੋ ਰਿਹਾ ਅਤੇ ਬਾਕੀ ਬੋਲਰਸ ਦਾ ਵੀ ਨਹੀਂ ਹੋ ਰਿਹਾ।
ਤੁਸੀਂ ਡੋਮੈਸਟਿਕ ਕ੍ਰਿਕਟ 'ਚ ਕੋਈ ਐਸੇ ਬੋਲਰ ਵੇਖਦੇ ਹੋ ਜਿਹੜੇ ਨਵੇਂ ਬਾਲ ਨਾਲ ਆਊਟ ਕਰਨ ਦੀ ਸਲਾਹੀਅਤ ਰੱਖਦੇ ਨੇ ਮਗਰ ਕਿਸੇ ਗਿਣਤੀ ਵਿੱਚ ਨਹੀਂ? ਦੇਖੋ ਸਵਿੰਗ ਬੋਲਰਸ ਇਸ ਵਾਲੀ ਮੈਂ PSL ਵਿੱਚ ਦੇਖੇ ਨੇ, ਇੱਕ ਤੇ ਮੁਹੰਮਦ ਮੂਸਾ ਖਾਨ ਹੈ, ਇੱਕ ਇਲਿਆਸ ਪਾਸ ਬੋਲਰ ਹੈ ਇਲਿਆਸ ਖਾਨ ਜਾਂ ਮੁਹੰਮਦ ਇਲਿਆਸ ਜਿਹੜਾ ਮੁਲਤਾਨ ਸੁਲਤਾਨ ਤੋਂ ਖੇਲਿਆ ਸੀ ਉਹ ਇਨ ਸਵਿੰਗ ਕਰਦਾ ਹੈ, ਮੂਸਾ ਖਾਨ ਹੈ ਉਹ ਆਊਟ ਸਵਿੰਗ ਬੋਲਰ ਹੈਗਾ। ਮਤਲਬ ਵਰਲਡ ਕੱਪ ਦੇ ਬਾਅਦ ਦੇਖਣਾ ਪਏਗਾ ਕਿ ਮਤਲਬ ਨਵੇਂ ਪਲੇਅਰਸ ਨੂੰ ਵੀ ਚਾਂਸ ਦੇਣਾ ਪਏਗਾ। ਔਰ ਅਸੀਂ ਮੁਹੰਮਦ ਅਬਾਸ ਦਾ ਕੀ ਕਰਨਾ ਹੈ, ਹਾਲਾਂਕਿ ਉਹਦਾ ਇੰਗਲੈਂਡ 'ਚ ਬਹੁਤ ਜ਼ਬਰਦਸਤ ਟਰੈਕ ਰਿਕਾਰਡ ਹੈ, ਅਤੇ ਅਸਾਂ ਉਹਦਾ ਕੀ ਕਰਨਾ ਸੀ, ਉਹ ਟੀਮ 'ਚ ਨਹੀਂ ਸੀ ਹੋਣਾ ਚਾਹੀਦਾ? ਦੇਖੋ ਮੈਂ ਤਾਂ ਪਰਸਨਲੀ ਸਮਝਦਾ ਮੁਹੰਮਦ ਅਬਾਸ ਤੋਂ ਜ਼ਿਆਦਾ ਮੇਰਾ ਖਿਆਲ ਸੀ ਕਿ ਸ਼ਨਵਾਰੀ ਨੂੰ ਰੱਖਣਾ ਚਾਹੀਦਾ ਸੀ, ਉਹਦਾ ਬੋਲ ਸਵਿੰਗ ਹੁੰਦਾ। ਉਹਦੇ ਇਲਾਵਾ ਜੁਨੇਦ ਖਾਨ ਜਿਹੜਾ ਉਹਨੂੰ ਐਕਸਪੀਰੀਅੰਸ ਹੈਗਾ, ਉਹ ਥੋੜ੍ਹਾ ਮਤਲਬ ਕਨਿੰਗ ਬੋਲਰ ਉਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ, ਆਪਣੀ ਪੇਸ ਵੇਰੀ ਕਰਕੇ ਦੂਸਰੇ ਤਰੀਕੇ ਨਾਲ ਮਤਲਬ ਸਰਵਾਈਵ ਕਰਦਾ ਹੈ ਅਤੇ ਆਊਟ ਵੀ ਕਰਦਾ ਹੈ ਨਵੇਂ ਬੋਲ ਨਾਲ। ਲੇਕਿਨ ਆਈ ਡੋਂਟ ਨੋ ਕਿਸ ਵਜ੍ਹਾ ਤੋਂ, ਖੈਰ ਬਹਰਹਾਲ ਜਿਹੜੀ ਵੀ ਹੁਣ ਟੀਮ ਹੈ ਇਹਦੇ ਨਾਲ ਹੀ ਅਸੀਂ ਖੇਲਣਾ ਹੈ, ਗੋ ਹੋਣੇ ਤੱਕ ਅੱਛੀ ਪਰਫੋਰਮੈਂਸ ਨਹੀਂ ਜਾ ਰਹੀ ਟੀਮ ਦੀ। ਲੈਟਸ ਪ੍ਰੇ ਕਿ ਅਗਲੇ 4 ਮੈਚ ਜਿੱਤਣ ਅਤੇ ਕਿਸੇ ਤਰ੍ਹਾਂ ਸੈਮੀਫਾਈਨਲ ਕੁਆਲੀਫਾਈ ਕਰਨ। ਅਗਲੇ 4 ਮੈਚ ਜਿੱਤਣ, ਅੱਲਾ ਕਰੇ ਜੀ ਜਿੱਤਣ, ਨਿਊਜ਼ੀਲੈਂਡ ਕੋਲ ਵੀ ਜਿੱਤਣ। ਚਲੋ ਸਾਊਥ ਅਫਰੀਕਾ ਤੇ ਵਰਲਡ ਕੱਪ ਚੋਂ ਬਾਹਰ ਹੋ ਚੁੱਕੀ ਹੈ, ਸਾਡੀ ਵੀ ਖਾਹਿਸ਼ ਹੈ ਕਿ ਜਿੱਤਣ, ਮਗਰ ਨਿਊਜ਼ੀਲੈਂਡ ਕੋਲ ਜਿੱਤਣਾ ਜ਼ਰਾ ਕੋਈ ਏਡਾ ਸੌਖਾ ਕੰਮ ਨਹੀਂ। ਇਹ ਸਾਡੀ ਟੀਮ ਇੰਗਲੈਂਡ ਸੀਰੀਜ਼ ਦੇ ਖਿਲਾਫ ਤੇ 340 ਕਰਦੀ ਰਹੀ, ਉਸੇ ਮੁਲਕ 'ਚ ਉਸੇ ਪਿੱਛਾ ਉੱਤੇ ਸਾਡੇ ਬੈਟਸਮੈਨਾਂ ਨਾਲ ਕੀ ਬਣੀ? ਦੇਖੋ ਓਪਨਿੰਗ ਸਟਾਰਟ ਬੜਾ ਜ਼ਰੂਰੀ ਹੈ ਉਸ ਸੀਰੀਜ਼ ਵਿੱਚ, ਤੁਸੀਂ ਦੇਖ ਲਓ ਕਿ ਫਖਰ ਨੇ ਵੀ 100 ਕੀਤਾ ਸੀ, ਇਮਾਮੁਲ ਹੱਕ ਨੇ ਵੀ 100 ਕੀਤਾ ਸੀ। ਓਪਨਰਸ ਦਾ ਪਰਫੋਰਮ ਕਰਨਾ ਬਹੁਤ ਜ਼ਰੂਰੀ ਹੈ, ਉਹਨੇ ਸਟਾਰਟ ਦੇ ਰਹੇ ਨੇ 30-40 runs, 50 runs, ਲੇਕਿਨ ਇੱਕ ਬਿਗ 100 ਦੀ ਜ਼ਰੂਰਤ ਹੈਗੀ ਹੈ। ਜੇ 100 ਪਲੈਟਫਾਰਮ ਮਿਲੇਗਾ, 100 ਦਾ ਪਲੈਟਫਾਰਮ ਮਿਲੇਗਾ, ਇੱਕ ਓਪਨਰ 100 ਕਰੇਗਾ ਤਾਂ ਫਿਰ ਤੁਸੀਂ 300-350 ਸਕੋਰ ਕਰ ਸਕੋਗੇ। ਹੈਲੋ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਥੋੜੀ ਡਿਸਟਰੈਕਸ਼ਨ ਹੈਗੀ ਹੈ ਵਿੱਚ, ਹੁਣੇ ਦੁਬਾਰਾ ਸ਼ੁਰੂ ਹੋਈ ਸੀ ਲੇਕਿਨ ਹੁਣ ਠੀਕ ਹੈ। ਅੱਛਾ, ਮੈਂ ਸ਼ਾਇਦ ਤੁਹਾਨੂੰ ਪਹਿਲੇ ਵੀ ਇੱਕ ਸਵਾਲ ਕੀਤਾ ਸੀ ਕਿ ਵਹਾਬ ਰਿਆਜ਼ ਕੋਲ ਕਿਹੜੀ ਗਿੱਦੜ ਸਿੰਘੀ ਹੈ ਕਿ ਨਾ ਉਹ ਕੈਂਪ ਵਿੱਚ ਸੀ, ਨਾ ਉਹਦਾ ਫਿਟਨੈਸ ਟੈਸਟ ਲਿਆ ਗਿਆ, ਜਿਸ ਤਰ੍ਹਾਂ ਚੈਂਪੀਅਨਸ ਟਰਾਫੀ ਚ ਉਮਰ ਅਕਮਲ ਨੂੰ ਵਾਪਸ ਭੇਜ ਦਿੱਤਾ ਗਿਆ, ਉਹ ਕਿਹੜੀ ਗਿੱਦੜ ਸਿੰਘੀ ਹੈ ਇਸ ਬੱਚੇ ਕੋਲ ਕਿ ਇਹ ਹਰ ਵਾਰੀ ਆ ਜਾਂਦਾ ਹੈ ਔਰ ਮੇਰਾ ਖਿਆਲ ਹੈ ਵਿਦ ਇਨ 4-5 days ਬਿਫੋਰ ਵਰਲਡ ਕੱਪ ਟੀਮ 'ਚ ਆ ਗਿਆ, ਭਾਵੇਂ ਚੰਗੀ ਬੋਲ ਕਰੇ ਬਟ ਆਹ ਕਿਸ ਤਰ੍ਹਾਂ ਜਾਂਦਾ? ਦੇਖੋ ਵਹਾਬ ਰਿਆਜ਼ ਦੇ ਸੀਨ ਵਿੱਚ ਹੈਗਾ, ਮੈਂ ਸਮਝਦਾ ਕਿ ਜਦੋਂ ਪਾਕਿਸਤਾਨ ਨੇ ਆਪਣੀ ਬੈਂਚ ਸਟਰੈਂਥ ਚੈੱਕ ਕੀਤੀ ਹੈ PSL ਦੇ ਫੌਰਨ ਬਾਅਦ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਵਿੱਚ, ਕੁਛ ਮੇਨ ਪਲੇਅਰਸ ਨੂੰ ਰੈਸਟ ਦੇਣ ਦੇ ਬਾਅਦ ਉਹਦੇ ਜਿਹੜੀ ਬੋਲਰਸ ਦੀ ਪਰਫੋਰਮੈਂਸ ਰਹੀ ਸੀ, ਉਹਦੇ ਬਾਅਦ ਜਿਹੜੇ ਇੰਗਲੈਂਡ ਦੇ ਖਿਲਾਫ 5 ਵਨਡੇ ਹੈਗੇ ਸਨ ਉਹਦੇ ਜਿਹੜੀ ਪਰਫੋਰਮੈਂਸ ਸੀ ਉਹ ਸਾਰੀ ਦੇਖਦੇ ਹਾਂ, ਪਲੱਸ ਮੀਡੀਆ ਦਾ ਪ੍ਰੈਸ਼ਰ, ਕਿਉਂਕਿ ਮੀਡੀਆ ਕਾਫੀ ਜ਼ਿਆਦਾ ਅਰਜ ਕਰ ਰਿਹਾ ਸੀ ਵਹਾਬ ਰਿਆਜ਼ ਨੂੰ ਟੀਮ ਵਿੱਚ ਲਿਆਉਣ 'ਤੇ, ਅਤੇ ਉਹ ਸਿਲੈਕਸ਼ਨ ਕਮੇਟੀ ਅਤੇ ਟੀਮ ਮੈਨੇਜਮੈਂਟ 'ਤੇ ਇੱਕ ਪ੍ਰੈਸ਼ਰ ਬਣਿਆ ਜਿਹਦੀ ਵਜ੍ਹਾ ਤੋਂ ਉਹ ਸਭ ਨੂੰ ਫੀਲ ਹੋਣਾ ਸ਼ੁਰੂ ਹੋ ਗਿਆ ਕਿ ਵਹਾਬ ਰਿਆਜ਼ ਇਧਰ ਇਜ਼ ਦਾ ਰਿਕੁਆਇਰਮੈਂਟ, ਕਿਉਂਕਿ ਇੰਗਲੈਂਡ 'ਚ ਤੁਹਾਨੂੰ ਪੁਰਾਣੇ ਬੋਲ ਨਾਲ ਕੋਈ ਤੇਜ਼ ਪੇਸ ਬੋਲਰ ਚਾਹੀਦਾ ਹੋਏਗਾ, ਕਿਉਂਕਿ ਬਾਕੀ ਬੋਲਰਸ ਸਫ਼ਰ ਕਰ ਰਹੇ ਸਨ ਆਪਣੀ ਸਪੀਡ ਇੰਨੀ ਨਾ ਹੋਣ ਦੀ ਵਜ੍ਹਾ ਤੋਂ, ਅਤੇ ਇਸ ਵਜ੍ਹਾ ਤੋਂ ਉਹਨੂੰ ਐਕਸਪੀਰੀਅੰਸ ਅਤੇ ਪੇਸ ਦਾ ਐਡਵਾਂਟੇਜ ਮਿਲਦੇ ਆ, ਉਹਨੂੰ ਸਿਲੈਕਟ ਕੀਤਾ ਗਿਆ। ਤੁਹਾਨੂੰ ਟੀਮ ਚੋਂ ਕੱਢਿਆ ਗਿਆ, ਅੱਜ ਮੈਂ ਤੁਹਾਡੇ ਕੋਲ ਸੱਚ ਬਣਾਇਆ, ਅਗਰ ਤੁਸੀਂ ਚੀਮੇ ਹੋ ਤੇ ਜੱਟ ਪੁੱਤਰ ਹੋ ਤੇ ਅੱਜ ਮੈਂ ਤੁਹਾਡੇ ਕੋਲ ਸੱਚ ਪੁੱਛਣਾ ਹੈ, ਤੁਹਾਡੀ ਕ੍ਰਿਕਟ ਖਤਮ ਕਰਨ ਵਿੱਚ ਕਿਹਦਾ ਹੱਥ ਹੈ? ਸਰ ਮੈਂ ਯਕੀਨ ਕਰੋ ਬਿਲਕੁਲ ਮੈਨੂੰ ਇਹਦਾ ਇਸ ਵਜ੍ਹਾ ਤੋਂ ਜਵਾਬ ਨਹੀਂ ਪਤਾ, ਕਿਉਂਕਿ ਇੱਥੇ ਇਹ ਪਾਕਿਸਤਾਨੀ 'ਚ ਇਹ ਹੁੰਦਾ ਕਿ ਕੋਈ ਆਪਣੇ ਉੱਤੇ ਨਹੀਂ ਲੈਂਦਾ, ਹਰ ਕੋਈ ਇੱਕ ਦੂਸਰੇ 'ਤੇ ਪਾਉਂਦਾ ਕਿ ਮੇਰੀ ਵਜ੍ਹਾ ਤੋਂ ਨਹੀਂ, ਦੂਸਰੀ ਦੀ ਵਜ੍ਹਾ ਤੋਂ, ਜਾਂ ਕਿਸੇ ਹੋਰ ਪਲੇਅਰ ਨੇ ਜਿਹੜਾ, ਜਾਂ ਜਿਹੜਾ ਕੋਚ ਕੋਈ ਚਲਾ ਜਾਂਦਾ ਉਹਦੇ 'ਤੇ ਪਾ ਦਿੰਦੇ ਨੇ ਕਿ ਉਹਦੀ ਵਜ੍ਹਾ ਤੋਂ ਟੀਮ 'ਤੇ ਬਾਹਰ ਹੋਇਆ ਸਾਂ, ਅਦਰਵਾਈਜ਼ ਮੈਨੂੰ ਅੱਜ ਤੱਕ ਇਸ ਚੀਜ਼ ਦਾ ਜਵਾਬ ਨਹੀਂ ਮਿਲ ਸਕਿਆ। ਲੇਕਿਨ ਮੇਰੀ ਇੱਕ ਰਿਕੁਐਸਟ ਹੈਗੀ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਜਾਂ ਸਿਲੈਕਸ਼ਨ ਕਮੇਟੀ ਜਦੋਂ ਕਿਸੇ ਪਲੇਅਰ ਨੂੰ ਬਾਹਰ ਕਰਦੇ ਨੇ ਤਾਂ ਉਹਨੂੰ ਇੱਕ ਲੈਟਰ ਦੇਣ ਜਾਂ ਕੋਈ ਚੀਜ਼ ਕਿ
ਦੈਟ ਇਜ਼ ਦਾ ਰੀਜ਼ਨ, ਉਹਨੂੰ ਇੱਕ ਰੀਜ਼ਨਿੰਗ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਪਲੇਅਰ ਉਸ ਚੀਜ਼ ਤੇ ਵਰਕਆਊਟ ਕਰਕੇ ਦੁਬਾਰਾ ਟੀਮ 'ਚ ਜਗ੍ਹਾ ਬਣਾ ਸਕੇ। ਤੁਹਾਨੂੰ ਕੀ ਤੁਹਾਨੂੰ ਤੁਹਾਡੇ ਕੇ ਕਿਹੜੇ ਕਿਹੜੇ ਨਾਮ ਰੱਖੇ ਗਏ ਕਿ ਜੀ ਫਲਾਂ ਨੇ ਕੱਢਿਆ, ਫਲਾਂ ਨੇ ਕੱਢਿਆ, ਫਲਾਂ ਨੇ ਕੱਢਿਆ, ਤੁਹਾਡੇ ਕੋਲ ਕੋਈ ਨਾਮ ਤਾਂ ਰੱਖੇ ਗਏ ਹੋਣਗੇ? ਨਹੀਂ ਨਹੀਂ, ਮੈਂ ਇਨ ਪਰਟੀਕੁਲਰ ਨਾਂ ਨਹੀਂ ਰੱਖੇ ਗਏ, ਲੇਕਿਨ ਓਬਵੀਅਸਲੀ ਜਿਹੜੇ ਸੀਨੀਅਰ ਪਲੇਅਰਸ ਹੁੰਦੇ ਨੇ ਜਾਂ ਕਪਤਾਨ ਹੁੰਦਾ ਉਹਦੇ ਬਾਰੇ 'ਚ ਹੀ ਕਿਹਾ ਜਾਂਦਾ, ਲੇਕਿਨ ਕੋਈ ਵੀ ਨਹੀਂ ਮੰਨਦਾ ਇਸ ਚੀਜ਼ ਨੂੰ। ਕਦੇ ਕਪਤਾਨ ਨੇ ਵੀ ਨਹੀਂ ਮੰਨਿਆ, ਉਹਨੇ ਵੀ ਹਮੇਸ਼ਾ ਇਹੀ ਕਿਹਾ ਕਿ ਮੇਰੀ ਵਜ੍ਹਾ ਤੋਂ ਟੀਮ ਤੋਂ ਬਾਹਰ ਨਹੀਂ ਹੋਇਆ, ਮੇਰੀ ਤਾਂ ਕੋਈ ਸੁਣਦਾ ਨਹੀਂ, ਮੈਨੂੰ ਤਾਂ ਇਹੀ ਸੁਣਨ ਤੋਂ ਮਿਲਿਆ। ਹਾਲਾਂਕਿ ਉਸ ਵਕਤ ਕੋਚ ਜਿਹੜੇ ਸਨ ਮੁਕਾਰ ਯੂਨਸ ਸਨ, ਔਰ ਤੁਹਾਡੇ ਨਾਨਕੇ ਪਿੰਡ, ਤੁਹਾਡਾ ਦਾਦਕਾ ਪਿੰਡ ਏ ਤੇ ਉਹਨਾਂ ਦਾ ਨਾਨਕਾ ਪਿੰਡ ਏ, ਤੇ ਉਹਨਾਂ ਨੂੰ ਵੀ ਤੁਸੀਂ ਪਸੰਦ ਨਹੀਂ ਆਏ? ਨਹੀਂ, ਵਕਾਰ ਯੂਨਸ ਦੇ ਕੋਚ ਇੱਕ ਸੀਰੀਜ਼ ਜ਼ਿੰਬਾਬਵੇ ਦੀ ਸੀਰੀਜ਼ ਵਿੱਚ ਰਹੇ ਸਨ, ਜਿਹਦੇ ਵਿੱਚ ਮੈਂ ਹਾਈਐਸਟ ਵਿਕਟ ਟੇਕਰ ਹੋਇਆ ਸਾਂ ਸੀਰੀਜ਼ ਦਾ, ਇੱਕ ਟੈਸਟ ਖੇਡਿਆ ਸੀ ਉਹਦੇ ਵਿੱਚ ਵੀ 8 ਆਊਟ ਕੀਤੇ, ਇਨ ਵਨ ਡੇ 'ਚ ਮੈਂ 8 ਆਊਟ ਕੀਤੇ ਸਨ, ਅਤੇ ਬੜੀ ਅੱਛੀ ਪਰਫੋਰਮੈਂਸ ਰਹੀ ਸੀ। ਉਹਦੇ ਬਾਅਦ ਉਹ ਸੀਰੀਜ਼ ਦੇ ਮਤਲਬ ਉਹ ਸੀਰੀਜ਼ ਦੇ ਬਾਅਦ ਉਹ ਐਜ਼ ਅ ਕੋਚ ਚਲੇ ਗਏ ਸਨ, ਛੱਡ ਗਏ ਸਨ, ਮੋਹਸਿਨ ਹਸਨ ਖਾਨ ਹੈਗੇ ਸਨ ਉਹਦੇ ਬਾਅਦ ਕੋਚ ਆਏ, ਉਹਨਾਂ ਦੇ ਸਾਹਮਣੇ ਵੀ ਬੜੀ ਅੱਛੀ ਪਰਫੋਰਮੈਂਸ ਹੋਈ। ਫਿਰ ਡੇਵ ਵਾਟਮੋਰ ਆਇਆ ਉਹਦੇ ਸਾਹਮਣੇ, ਮੈਂ ਏਸ਼ੀਆ ਕੱਪ ਪਾਕਿਸਤਾਨ ਨੂੰ ਜਿਤਾਇਆ, ਲੇਕਿਨ ਮੈਨੂੰ ਇੱਕ ਸਾਬਕਾ ਸਿਲੈਕਟਰ ਨੇ ਕਿਹਾ ਸੀ ਕਿ ਤੈਨੂੰ ਬਾਹਰ ਟੀਮ ਵਿੱਚ ਕੱਢਣ ਵਿੱਚ ਡੇਵ ਵਾਟਮੋਰ ਦਾ ਬੜਾ ਕਿਰਦਾਰ ਹੈਗਾ, ਕਿ ਈਵਨ ਉਹ ਪਾਕਿਸਤਾਨ ਮਤਲਬ ਪਾਕਿਸਤਾਨ ਸਿਲੈਕਸ਼ਨ ਕਮੇਟੀ ਅਤੇ ਡੇਵ ਵਾਟਮੋਰ ਦੇ ਵਾਂਟਿਡ ਯੂ ਆਊਟ ਆਫ ਦਾ ਟੀਮ, ਜਿਹੜਾ ਏਸ਼ੀਆ ਕੱਪ ਦੇ ਫੌਰਨ ਬਾਅਦ ਸ਼੍ਰੀਲੰਕਾ ਦੀ ਸੀਰੀਜ਼ ਵਿੱਚ ਉਹ ਆਪ ਲੋਕੋਂ ਕੋ ਵੋ ਮਤਲਬ ਉਹ ਨਹੀਂ ਰੱਖਣਾ ਚਾਹ ਰਹੇ ਸਨ ਤੈਨੂੰ ਅਗਲੀ ਸੀਰੀਜ਼ ਵਿੱਚ ਵੀ, ਲੇਕਿਨ ਕਿਉਂਕਿ ਤੇਰਾ ਏਸ਼ੀਆ ਕੱਪ ਦੀ ਪਰਫੋਰਮੈਂਸ ਸੀ ਉਸ ਪ੍ਰੈਸ਼ਰ ਦੀ ਵਜ੍ਹਾ ਤੋਂ ਰੱਖਣਾ ਪੈ ਗਿਆ ਸੀ। ਸੋ ਮਤਲਬ ਇਹ ਕਹੀ ਕਿਹਾ ਜਾਂਦਾ ਹੈ ਕਿ ਜਿਹੜਾ ਉਹ ਚਲਾ ਜਾਏ ਜਾਂ ਫੋਰਨਰ ਹੋਏ ਉਹਦੇ 'ਤੇ ਪਾ ਕੇ ਅਤੇ ਆਪਣਾ ਜਿਹੜਾ ਕੰਮ ਸਾਫ ਕਰ ਲੈਂਦੇ ਨੇ। ਤੇ ਕੋਈ ਨਾ ਗਲੈਡੀਏਟਰਸ ਜੈਸੀ ਟੀਮ ਜਿੱਥੋਂ ਤੁਸੀਂ ਬਹੁਤ ਆਲਾ ਪਰਫਾਰਮ ਕਰ ਰਹੇ ਸੋ, ਉੱਥੋਂ ਕੱਢਣ ਦਾ ਕੌਣ ਜ਼ਿੰਮੇਦਾਰ ਹੈ? ਪਰ ਉਹਦੀ ਤਾਂ ਮੈਨੂੰ ਵੀ ਨਹੀਂ ਅੱਜ ਤੱਕ ਸਮਝ ਆਈ, ਮਤਲਬ ਮੇਰੀ ਟੀਮ ਓਨਰ ਨਾਲ ਵੀ ਗੱਲ ਹੋਈ ਸੀ, ਮੋਇਨ ਖਾਨ ਨਾਲ ਵੀ ਗੱਲ ਹੋਈ ਸੀ, ਦੇ ਆਲ ਵਾਂਟਿਡ ਮੀ ਇਨ ਦਾ ਟੀਮ, ਲੇਕਿਨ ਆਈ ਡੋਂਟ ਨੋ ਕਿ ਕਿਸ ਵਜ੍ਹਾ ਤੋਂ ਮੇਰੀ ਇੰਨੀ ਅੱਛੀ ਪਰਫੋਰਮੈਂਸ ਦੇ ਬਾਵਜੂਦ ਮੈਨੂੰ ਕੱਢ ਦਿੱਤਾ ਸੀ ਉਹਨਾਂ ਨੇ, ਔਰ ਮੇਰੇ ਕੋਲ ਇਸ ਸਵਾਲ ਦਾ ਵੀ ਮੈਂ ਕਿਸੇ ਕੋਲੋਂ ਪੁੱਛ ਵੀ ਨਹੀਂ ਸਕਿਆ, ਕਿਉਂਕਿ ਆਈ ਡੋਂਟ ਨੋ ਕਿਆ ਕੀ ਰੀਜ਼ਨ ਸੀ। ਬਸ ਮੇਰਾ ਇਹੀ ਸੀ ਕਿ ਫਿਰ ਮੈਂ ਠੀਕ ਹੈ, ਮੈਂ ਪਰਫੋਰਮੈਂਸ ਦਿੰਦਾ ਰਹਿੰਦਾ, ਪਰਫੋਰਮ ਕਰਨਾ ਡੋਮੈਸਟਿਕ ਵਿੱਚ, ਦੁਬਾਰਾ ਕਿਸੇ ਫਰੈਂਚਾਈਜ਼ ਮੈਨੂੰ ਮੌਕਾ ਸ਼ਾਇਦ ਮਿਲ ਜਾਵੇ PSL ਦਾ, ਅਤੇ ਫਿਰ ਮੈਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਅਤੇ ਉਸ ਤੋਂ ਪਿਛਲੇ ਸੀਜ਼ਨ ਵੀ ਮੈਂ ਟੋਪ ਵਿਕਟ ਟੇਕਰ ਕਾਇਦ ਅਜ਼ਮ ਟਰੋਫੀ ਦਾ ਬਣਿਆ, PCB ਦੇ ਅਵਾਰਡਸ ਵਿੱਚ ਬੈਸਟ ਬੋਲਰ ਦਾ ਅਵਾਰਡ ਵੀ ਡੋਮੈਸਟਿਕ ਬੋਲਰ ਦਾ ਅਵਾਰਡ ਲਾਸਟ ਈਅਰ ਮਿਲਿਆ, ਅਤੇ ਮੈਂ ਉਮੀਦ ਕਰ ਰਿਹਾ ਇਸ ਸਾਲ ਵੀ ਮੈਨੂੰ ਅਵਾਰਡ ਮਿਲੇਗਾ ਬੈਸਟ ਬੋਲਰ ਦਾ, ਕਿਉਂਕਿ ਸਭ ਤੋਂ ਜ਼ਿਆਦਾ ਵਿਕਟਸ ਮੇਰੀਆਂ ਹੀ ਹੈਗੀਆਂ ਨੇ, ਅਤੇ ਉਸ ਬੇਸ 'ਤੇ ਉਸ ਪਰਫੋਰਮੈਂਸ ਦੀ ਬੇਸ 'ਤੇ ਲਾਹੌਰ ਕਲੰਦਰ ਨੇ ਮੈਨੂੰ ਸ਼ਾਮਿਲ ਕੀਤਾ ਸੀ, ਲੇਕਿਨ ਮੈਨੂੰ ਪੂਰਾ ਟੂਰਨਾਮੈਂਟ ਹੀ ਆਲਮੋਸਟ ਬਾਹਰ ਬੈਠਣਾ ਪਿਆ, PSL ਇੱਕ ਮੈਚ ਖੇਲਿਆ ਸਾਂ ਮੈਂ, ਮੇਰਾ ਖਵਾਹਿਸ਼ ਇਹ ਹੈਗੀ ਸੀ ਕਿ ਮੈਂ ਪੂਰਾ PSL ਖੇਲਾਂ ਅਤੇ ਬਿਹਤਰੀਨ ਪਰਫੋਰਮ ਕਰਾਂ, ਕਿਉਂਕਿ ਜਦੋਂ ਤੁਸੀਂ ਪੂਰਾ ਟੂਰਨਾਮੈਂਟ ਖੇਲਦੇ ਹੋ ਤਾਂ ਤੁਹਾਨੂੰ ਪਰਫੋਰਮੈਂਸ ਦਾ ਮਾਰਜਨ ਜ਼ਿਆਦਾ ਮਿਲਦਾ, ਜੇ ਤੁਸੀਂ ਪੂਰੇ ਟੂਰਨਾਮੈਂਟ ਵਿੱਚ ਇੱਕ ਮੈਚ ਖੇਲੋਗੇ ਤੁਹਾਡਾ ਕੋਨਫੀਡੈਂਸ ਲੈਵਲ ਬਹੁਤ ਲੋਅ ਚਲਾ ਜਾਂਦਾ, ਸੋ ਜ਼ਰੂਰੀ ਨਹੀਂ ਹੁੰਦਾ ਕਿ ਪਤਾ ਉਹ ਇੱਕ ਮੈਚ ਖੇਲ ਕੇ ਤਾਂ ਬਿਹਤਰੀਨ ਪਰਫੋਰਮੈਂਸ ਦੇ, ਕਿਉਂਕਿ ਬਾਹਰ ਬੈਠ ਕੇ ਇੱਕ ਬੰਦਾ ਰੈਸਟ ਆਊਟ ਹੋ ਜਾਂਦਾ ਮੈਂਟਲੀ ਫਿਜ਼ੀਕਲੀ। ਯੂਨਸ ਖਾਨ ਦਾ, ਆਮਿਰ ਸੁਹੇਲ ਦਾ, ਮੋਇਨ ਖਾਨ ਸਾਹਿਬ ਦਾ ਵੀ ਨਾਮ ਸੁਣਨ ਚ ਆ ਰਿਹਾ ਹੈ, ਮੋਹਸਿਨ ਹਸਨ ਖਾਨ ਸਾਹਿਬ ਦਾ ਵੀ ਨਾਮ ਸੁਣਨ ਚ ਆ ਰਿਹਾ ਹੈ, ਤੁਸੀਂ ਕੀ ਸੁਜੈਸਟ ਕਰੋਗੇ ਕਿ ਇਹਨਾਂ ਚੋਂ ਕਿਹੜਾ ਬੰਦਾ ਬੈਸਟ ਕੋਚ ਸਾਬਤ ਹੋ ਸਕਦਾ ਹੈ ਤੇ ਕਿਹੜਾ ਬੰਦਾ ਬੈਸਟ ਚੀਫ ਸਿਲੈਕਟਰ ਸਾਬਤ ਹੋ ਸਕਦਾ ਹੈ, ਕਿਉਂਕਿ ਤੁਸੀਂ ਤਕਰੀਬਨ ਸਾਰਿਆਂ ਨਾਲ ਕੰਮ ਕੀਤਾ ਹੋਇਆ ਤੇ ਤੁਸੀਂ ਕੀ ਕੀ ਕਿਹਨੂੰ ਕੀ ਵੋਟ ਕਰੋਗੇ? ਦੇਖੋ ਮੇਰਾ ਤੇ ਐਕਸਪੀਰੀਅੰਸ ਜਿਹੜਾ ਹੈ ਤਿੰਨ ਕੋਚਿਸ ਨਾਲ ਹੈਗਾ, ਇੱਕ ਤਾਂ ਮੋਹਸਿਨ ਹਸਨ ਖਾਨ, ਇੱਕ ਮੋਇਨ ਖਾਨ। ਮੋਇਨ ਖਾਨ ਦੇ ਬਾਰੇ 'ਚ ਮੈਂ ਇਹ ਕਹਾਂਗਾ ਕਿ ਮੈਂ ਉਹਨਾਂ ਦੀ ਕਪਤਾਨੀ 'ਚ ਵੀ ਖੇਲਿਆ, ਮੈਂ ਸਮਝਦਾ ਕਿ ਮੈਂ ਅੱਜ ਤੱਕ ਮੇਰੇ ਵਾਸਤੇ ਬੈਸਟ ਕੈਪਟਨ ਮੋਇਨ ਖਾਨ ਹੈਗਾ ਸੀ, ਜਿਹਦੀ ਕਪਤਾਨੀ 'ਚ ਮੈਂ PIA ਵੱਲੋਂ ਖੇਲਿਆ, ਵੈਰੀ ਇੰਪ੍ਰੈਸਿਵ ਕੈਪਟਨ, ਉਹਨਾਂ ਦੀ ਸਟ੍ਰੈਟਜੀ ਅਤੇ ਉਹਨਾਂ ਦੇ ਸਾਹਮਣੇ ਮੇਰੀ ਪਰਫੋਰਮੈਂਸ ਵੀ ਬਹੁਤ ਅੱਛੀ ਰਹੀ ਸੀ,
ਫਿਰ ਉਹ ਐਜ਼ ਅ ਕੋਚ ਆਏ ਸਨ PIA ਦੇ, ਤੇ ਮੇਰਾ ਉਹ ਵੀ ਬੜਾ ਅੱਛਾ ਐਕਸਪੀਰੀਅੰਸ ਰਿਹਾ ਸੀ। ਉਹ ਬੜਾ ਅੱਛਾ ਕੰਫੀਡੈਂਸ ਦਿੰਦੇ ਨੇ, ਵਕਾਰ ਯੂਨਸ ਵੀ ਵੈਰੀ ਗੁੱਡ ਐਂਡ ਫਰੈਂਡਲੀ ਕੋਚ, ਮੋਹਸਿਨ ਹਸਨ ਖਾਨ ਦੀ ਜਿਹੜੇ ਮੋਟੀਵੇਸ਼ਨਲ ਗੱਲਾਂ ਹੁੰਦੀਆਂ ਸਨ ਉਹ ਤੁਹਾਨੂੰ ਬਹੁਤ ਜ਼ਿਆਦਾ, ਐਜ਼ ਅ ਕੋਚ ਮੈਂ ਉਹਨਾਂ ਦੇ ਅੰਡਰ ਮਤਲਬ ਐਜ਼ ਅ ਪਲੇਅਰ ਮੈਂ ਖੇਲਿਆ ਉਹਨਾਂ ਦੀ ਕੋਚਿੰਗ ਵਿੱਚ, ਅਤੇ ਉਹ ਉਹਨਾਂ ਦੇ ਜਿਹੜੇ ਅਲਫਾਜ਼ ਨੇ ਉਹ ਪਲੇਅਰਸ ਨੂੰ ਬਹੁਤ ਮੋਟੀਵੇਟ ਕਰਦੇ ਨੇ। ਅਤੇ ਮੇਰਾ ਖਿਆਲ ਵਿੱਚ ਹੈ ਤਿੰਨ ਲੋਕ ਨੇ ਜਿਹਨਾਂ ਨੂੰ ਸਮਝਣਾ ਕਿ ਦੇ ਕੁਡ ਬੀ ਅ ਗੁੱਡ ਕੋਚ ਫੋਰ ਪਾਕਿਸਤਾਨ। ਤੇ ਮਿਸਬਾਹ ਲੱਗ ਤੇ ਯੂਨਸ ਖਾਨ ਦੇ ਬਾਰੇ ਕੀ ਕਹੋਗੇ? ਲੈਜੈਂਡਸ ਹੈਗੇ ਨੇ ਜੀ ਟੀਮ ਦੇ, ਜੇ ਪਾਕਿਸਤਾਨ ਕ੍ਰਿਕਟ ਬੋਰਡ ਉਹਨਾਂ ਨੂੰ ਮੌਕਾ ਦਿੰਦਾ ਹੈ, ਓਬਵੀਅਸਲੀ ਉਹਨਾਂ ਦਾ ਐਕਸਪੀਰੀਅੰਸ ਜਿਸ ਤਰ੍ਹਾਂ ਦਾ ਪਲੇਇੰਗ ਐਕਸਪੀਰੀਅੰਸ ਰਿਹਾ ਹੈ, ਜਿਸ ਤਰ੍ਹਾਂ ਉਹਨਾਂ ਨੇ ਆਲ ਅਰਾਊਂਡ ਵਰਲਡ ਕ੍ਰਿਕਟ ਵਿੱਚ ਪਰਫੋਰਮੈਂਸਿਸ ਦਿੱਤੀਆਂ ਨੇ, ਪਲੱਸ ਕਪਤਾਨੀ ਦਾ ਐਕਸਪੀਰੀਅੰਸ ਰਿਹਾ, ਅਤੇ ਦੇ ਕੁਡ ਬੀ ਗੁੱਡ ਚੋਇਸ ਐਸ ਵੈਲ। ਦੇਖੋ ਉਹਨੇ ਤੇ ਮੈਂ ਇੱਕ ਦੋ ਸਾਲ ਸੋਚ ਰਿਹਾ ਕਿ ਕ੍ਰਿਕਟ ਹੋਰ ਖੇਲਾਂ, ਕਿਉਂਕਿ ਫਿਜ਼ੀਕਲੀ ਅੱਲਾਹ ਦਾ ਸ਼ੁਕਰ ਹੈ ਮੇਰੀ ਫਿਟਨੈਸ ਠੀਕ ਹੈ, ਪਰਫੋਰਮੈਂਸ ਮੇਰੀ ਡੋਮੈਸਟਿਕ ਕ੍ਰਿਕਟ ਵਿੱਚ 2 ਸਾਲ ਤੋਂ ਮੈਂ ਟੌਪ ਕਰ ਰਿਹਾ, ਅਤੇ ਮੈਂ ਸਮਝਣਾ ਕਿ ਮੈਂ ਖੇਲ ਸਕਣਾ 1-2 ਸਾਲ। ਇਨ ਦਾ ਮੀਨ ਵਾਇਲ ਮੈਂ ਸੋਚ ਰਿਹਾ ਬਾਕੀ ਕੋਰਸਿਸ ਵੀ ਕਰ ਰਿਹਾ, ਹੁਣੇ ਮੈਂ ਲੈਵਲ 2 PCB ਦਾ ਕੋਚਿੰਗ ਕੋਰਸ ਕੀਤਾ ਹੈ, ਉਹਦੇ ਇਲਾਵਾ ਮੈਂ ਮੈਚ ਰੈਫਰੀ ਕੋਰਸ ਵੀ ਕਰ ਰਿਹਾ। ਸੋ ਮੈਂ ਆਪਣੇ ਵਾਸਤੇ ਆਪਸ਼ਨਸ ਬਣਾ ਰਿਹਾ ਕਿ ਮੇਰੇ ਕੋਲ ਇਹ ਸਾਰੇ ਕੋਰਸਿਸ, ਇਹ ਸਾਰੀ ਡਿਗਰੀਜ਼ ਹੋਣੀ ਚਾਹੀਦੀਆਂ ਨੇ, ਬਾਏ ਦਾ ਟਾਈਮ ਮੈਂ ਕ੍ਰਿਕਟ ਛੱਡਾਂ ਅਤੇ ਮੈਂ ਕ੍ਰਿਕਟ ਤੋਂ ਰਿਲੇਟਡ ਕਿਸੇ ਚੀਜ਼ 'ਚ ਹਾਂ ਜਾਂ ਕੋਈ ਬਿਜ਼ਨਸ ਵਗੈਰਾ ਕਰਾਂ। ਸੋ ਇਹਦੇ 'ਤੇ ਉਹਨੇ ਮੇਰਾ ਚੱਲ ਰਿਹਾ, ਸੋਚ ਚੱਲ ਰਹੀ ਹੈ ਕਿ ਮੈਂ ਕੀ ਕਰਾਂ। ਦੇਖੋ T20 ਜਦੋਂ ਤੱਕ T20 ਦੀ ਗੱਲ ਹੈ, ਉਹਦੇ 'ਚ ਤੇ ਸਰਫਰਾਜ਼ ਅਹਿਮਦ ਬਹੁਤ ਅੱਛਾ ਜਾ ਰਿਹਾ, ਪਾਕਿਸਤਾਨ ਦੀ ਟੀਮ ਨੰਬਰ 1 ਰੈਂਕ ਟੀਮ ਹੈ, ਲੇਕਿਨ ਵਨ ਡੇਜ਼ 'ਚ ਜਦੋਂ ਵਰਲਡ ਕੱਪ 'ਚ ਅਸੀਂ ਸ਼ਾਮਿਲ ਹੋਏ ਹਾਂ, 10 ਤੋਂ 12 ਮੈਚ ਅਸੀਂ ਮੁਸਲਸਲ ਹਾਰੇ ਸਾਂ, ਮਤਲਬ ਵਰਲਡ ਕੱਪ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀ ਪਰਫੋਰਮੈਂਸ ਜਾ ਰਹੀ ਹੈ। ਅਤੇ ਟੈਸਟ ਵਿੱਚ ਵੀ ਪਾਕਿਸਤਾਨ ਦੀ ਪਰਫੋਰਮੈਂਸ, ਜਦੋਂ ਦਾ ਮਿਸਬਾਹ ਲੱਗ ਛੱਡ ਕੇ ਗਏ ਨੇ, ਯੂਨਸ ਖਾਨ ਛੱਡ ਕੇ ਗਏ ਨੇ, ਪਾਕਿਸਤਾਨ ਦੀ ਟੈਸਟ ਦੀ ਵੀ ਪਰਫੋਰਮੈਂਸ ਨਹੀਂ ਅੱਛੀ, ਅਤੇ ਇਹ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸੋਚਣਾ ਪਏਗਾ ਕਿ ਉਹ ਬਿਹਤਰ ਸਮਝਦੇ ਨੇ। ਮੇਰੇ ਖਿਆਲ ਵਿੱਚ ਟੈਸਟ ਦਾ ਕਪਤਾਨ ਡਿਫਰੈਂਟ ਹੋਣਾ ਚਾਹੀਦਾ, ਅਤੇ ਵਨ ਡੇ T20 ਦਾ ਕੈਪਟਨ ਡਿਫਰੈਂਟ ਹੋਣਾ ਚਾਹੀਦਾ।